ਸਸਟੀਕਲ ਜੀ ਕਲੇ ਕਲੋਥ ਹਾਊਸ ਚੈਨਲ ਦੇਖਦੇ ਸਾਰੇ ਭੈਣ ਭਰਾਵਾਂ ਦਾ ਤੁਹਾਡੇ ਆਪਣੇ ਚੈਨਲ ਕਲੇ ਕਲੋਥ ਹਾਊਸ ਪਟਿਆਲਾ ਤੇ ਬਹੁਤ ਬਹੁਤ ਸਵਾਗਤ ਹੈ ਜੀ। ਵੀਡੀਓਜ਼ ਨੂੰ ਪਿਆਰ ਦੇਣ ਲਈ ਤੁਹਾਡਾ ਸਭ ਤੋਂ ਬਹੁਤ ਬਹੁਤ ਧੰਨਵਾਦ। ਤੇ ਜੇ ਸਾਡਾ ਚੈਨਲ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲੈਣਾ, ਕਿਉਂਕਿ ਅਸੀਂ ਬਹੁਤ ਹੀ ਜੈਨੂਅਲ ਪ੍ਰਾਈਸ ਤੇ ਤੁਹਾਡੇ ਲਈ ਬਹੁਤ ਸੋਹਣੀ ਸੋਹਣੀ ਆਈਟਮ ਲੈ ਕੇ ਆਉਂਦੇ ਹਾਂ। ਤੇ ਅੱਜ ਆਪਾਂ ਤੁਹਾਨੂੰ ਆਪਣੇ ਸਟਿਚ ਹੋ ਕੇ ਆਏ ਜਿਹੜੇ ਸੂਟ ਉਹ ਦਿਖਾਉਣੇ ਆ, ਕਿਉਂਕਿ ਉਹਦੇ ਵੀ ਮੈਸੇਜ ਆਉਂਦੇ ਰਹਿੰਦੇ ਆ ਕਿ ਨਾਲ ਨਾਲ ਦਿਖਾਇਆ ਕਰੋ। ਤੇ ਲਓ ਜੀ, ਪਹਿਲਾਂ ਤੁਹਾਨੂੰ ਦਿਖਾਉਣੀ ਆਪਾਂ ਇੱਕ ਪਾਰਟੀ ਵੀਅਰ ਸੂਟ, ਠੀਕ ਹੈ। ਬੁਟੀਕ ਤੋਂ ਰੈਡੀ ਹੋ ਕੇ ਆਇਆ, ਅੱਜ ਹੀ ਸਾਡੇ ਕੋਲ ਪਹੁੰਚਿਆ, ਠੀਕ ਹੈ। ਤੇ ਦਿਖਾਉਣੀ ਆ ਮੈਂ ਤੁਹਾਨੂੰ ਖੋਲ ਕੇ, ਇਹ ਸੀਗਾ ਆਪਣਾ ਸੂਟ, ਕੀ ਕਹਿੰਦੇ ਹੁੰਦੇ ਆ, ਆਰਗੈਂਜ਼ਾ। ਆਰਗੈਂਜ਼ਾ ਫੈਬਰਿਕ ਦੇ ਉੱਤੇ ਹੈ, ਥੋੜਾ ਮੇਲਾ ਤਾਂ 21 ਬਾਈ ਤੱਕ ਹੈ ਜਿੰਨਾ ਇਹਦਾ, ਜਿਹੜਾ ਤਾਂ ਘੇਰਾ ਜਿੰਨਾ ਵੀ ਹੈਗਾ ਮੈਂ ਦੱਸ ਦਿੰਦੀ ਹਾਂ ਦੇਖ ਕੇ, ਠੀਕ ਹੈ। ਤੇ ਇਹਨਾਂ ਘੇਰਿਆਂ ਦੇ ਵਿੱਚ ਤੁਸੀਂ ਆਪਾਂ ਜਿਵੇਂ ਹੁਣ ਇਹਦੇ ਵਿੱਚ ਜਿਵੇਂ ਘੁੱਟ ਪੱਤੀ ਹੈ ਤਾਂ ਤੁਸੀਂ ਐਂਡ 'ਤੇ ਹੈ ਨਾ ਇਸ ਤਰ੍ਹਾਂ ਦੀ ਲੇਸ ਲਗਾ ਕੇ ਇਹਨਾਂ ਨੂੰ ਵਧਾ ਸਕਦੇ ਹੁੰਦੇ ਹੋ, ਇਹਦੇ 'ਚ ਕੋਈ ਇਸ਼ੂ ਨਹੀਂ ਹੁੰਦਾ ਐਡਾ। ਅਤੇ ਪਰ ਇਹਦਾ ਜਿਹੜਾ ਹੈ ਨੋਰਮਲ 21 ਤੱਕ ਇਹਦਾ ਘੇਰਾ, ਇਹਨੇ ਘੇਰਾ ਰੈਡੀ ਕਰਾਇਆ ਹੋਇਆ ਭੈਣ ਦਾ 21 ਤੱਕ ਸੀ, ਠੀਕ ਹੈ, 21 ਤੱਕ। ਅਤੇ ਕਲਰ ਤੁਸੀਂ ਦੇਖ ਹੀ ਰਹੇ ਹੋ, ਬਹੁਤ ਪਿਆਰਾ ਗੁੱਟਾ ਪੱਤੀ ਦਾ ਕੰਮ ਹੋਇਆ, ਇਹਨੂੰ ਕਹਿੰਦੇ ਸੀ ਕੌਰ ਬੀ ਵਾਲਾ ਡਿਜ਼ਾਈਨ, ਕੌਰ ਬੀ ਨੇ ਇਹਦੀ ਐਡ ਕੀਤੀ ਸੀਗੀ ਪਾ ਕੇ। ਅਤੇ ਇਹਦੇ ਗਲੇ 'ਤੇ ਹੋ ਗਿਆ ਵਰਕ ਸਾਰਾ, ਠੀਕ ਹੈ। ਨੇੜਿਓ ਫੋਕਸ ਕਰਕੇ ਦਿਖਾਉਣੇ ਤੁਹਾਨੂੰ, ਵਰਕ ਬਹੁਤ ਸੋਹਣਾ ਹੋਇਆ ਹੋਇਆ ਗੁੱਟਾ ਪੱਤੀ ਦਾ। ਅਤੇ ਬਾਜੂ ਹੋ ਗਈ, ਅਤੇ ਇਹਦੀ ਬੈਕ ਸਾਈਡ ਵੀ ਦਿਖਾਉਣੀ, ਵਿੱਚ ਵੀ ਬੂਟੀ ਹੋ ਗਈ ਸਾਰੇ 'ਚ, ਅਤੇ ਫਿਰ ਬੈਕ ਸਾਈਡ ਦੇਖੋ, ਬੈਕ ਸਾਈਡ ਵੀ ਸਾਰੀ ਉੱਨੀ ਹੋਈ ਹੈਵੀ ਹੈ, ਗਲਾ ਵੀ ਉੱਨਾ ਹੀ ਹੈਵੀ ਹੈ, ਠੀਕ ਹੈ। ਅਤੇ ਤੁਹਾਨੂੰ ਇੱਥੇ ਵੀ ਚੱਕਾਂ ਦੇ ਘੇਰੇ 'ਤੇ ਵੀ ਸਾਰਾ ਕੰਮ ਫਰੰਟ ਐਂਡ ਬੈਕ, ਅਤੇ ਇਹ ਉਹਦੇ ਜਿੰਨਾ ਸੋਹਣਾ ਸੂਟ ਸੀਗਾ ਉਨੀ ਸੋਹਣੀ ਅਸੀਂ ਫਿਰ ਲਟਕਣਾ ਲਵਾ ਕੇ ਹੈਵੀ ਹੈ ਨਾ ਪੂਰਾ ਐਨ ਪਾਰਟੀ ਵੀਅਰ ਸੂਟ ਬਣ ਗਿਆ। ਅਤੇ ਦੋਨੋਂ ਪਾਸੇ ਦੋ ਹੈਵੀ ਲਟਕਣ ਲੱਗੇ ਹੋਏ ਨੇ, ਬਹੁਤ ਸੋਹਣਾ ਸੂਟ ਲੱਗਣਾ ਬਣ ਕੇ, ਬਹੁਤ ਪਿਆਰਾ ਮਤਲਬ ਬਣਿਆ। ਅਤੇ ਪਾਊਗੀ ਜਦੋਂ ਭੈਣ, ਬਹੁਤ ਵਧੀਆ ਲੱਗਣਾ, ਪਾਰਸਲ ਜਾਣਾ ਹਜੇ ਉਹਦਾ। ਲਓ ਜੀ, ਇਹ ਉਹਨਾਂ ਦੇ ਮਦਰ ਇਨ ਲਾਅ ਨੇ ਔਡਰ ਕੀਤਾ, ਉਹਨਾਂ ਵਾਸਤੇ ਬਣਵਾਇਆ ਆਪਦੀ ਨੂੰਹ ਵਾਸਤੇ। ਲਓ ਜੀ, ਦੇਖੋ ਤੁਸੀਂ ਕਿੰਨੇ ਪਿਆਰੇ ਲਟਕਣ ਹੈ, ਡਿਫਰੈਂਟ ਸਟਾਈਲ ਦੇ ਵਿੱਚ, ਬਹੁਤ ਪਿਆਰੇ ਆ ਪਰਲਸ ਦੇ ਅਤੇ ਗੁੱਟਾ ਪੱਤੀ ਦਾ। ਇਹਦੇ ਵਿੱਚ ਜਿਹੜੇ ਗੁੱਟਾ ਪੱਤੀ ਦੇ ਹੁੰਦੇ ਉਹਦੇ ਵਿੱਚ ਫਿਰ ਨਾ ਸਾਨੂੰ ਕਲਰ ਮੈਚਿੰਗ ਵੀ ਕਰਾਉਣੀ ਹੁੰਦੀ ਹੈ, ਇਸ ਕਰਕੇ ਜਿਹੜਾ ਹੈ ਨਾਲ ਇਹ ਖਿਆਲ ਰੱਖਣਾ ਪੈਂਦਾ। ਲਓ ਜੀ, ਅਤੇ ਇਹਦੇ ਨਾਲ ਤੁਹਾਨੂੰ ਉਹਨਾਂ ਨੇ ਬਣਵਾਈ ਹੈ ਜੀ ਪੈਂਟ ਪਲਾਜ਼ੋ, ਠੀਕ ਹੈ। ਜਿਹੜਾ ਪਲਾਜ਼ੋ ਦੇ ਉੱਤੇ ਵੀ ਸੇਮ ਜਿਹੜਾ ਇਹ ਸਿਲਕ ਦਾ ਪਲਾਜ਼ੋ ਹੈ, ਅਤੇ ਸੇਮ ਜਿਹੜਾ ਵਰਕ ਹੈ ਉਹ ਪਲਾਜ਼ੋ ਦੇ ਹੈ। ਅਤੇ ਇਹ ਜਿਹੜਾ ਇਹਦਾ ਦੁਪੱਟਾ ਹੈ, ਹੈਲੋ, ਪੂਰਾ ਹੈਵੀ ਦੁਪੱਟਾ, 4 ਸਾਈਡ ਵਰਕ ਵਿੱਚ ਬੂਟੀ ਸੇਮ, ਠੀਕ ਹੈ। ਪੂਰਾ ਔਰਗੈਂਜ਼ਾ ਦਾ ਹੀ ਦੁਪੱਟਾ ਹੈ, ਬਿਲਕੁਲ ਸੋਫਟ ਔਰਗੈਂਜ਼ਾ, ਬਿਲਕੁਲ ਵਿੱਚ ਬਣਾ ਨਹੀਂ ਕੁਛ ਨਹੀਂ। ਅਤੇ ਫਾਈਨਲ ਟੱਚਸ ਦਿੱਤੀਆਂ ਹੋਈਆਂ ਨੂੰ ਪਿਛਲੇ ਪਾਸੇ ਜਿਵੇਂ ਗੋਟੇ ਦੇ ਨਾਲ, ਠੀਕ ਹੈ। ਬਹੁਤ ਪਿਆਰਾ ਸੂਟ ਬਣਿਆ। ਅਤੇ ਸੂਟ ਜਿਹੜਾ ਇਹਦਾ ਸੂਟ ਦਾ ਪ੍ਰਾਈਸ ਸੀਗਾ ਉਹ ਸੀਗਾ 5500 ਰੁਪਈਆ, ਠੀਕ ਹੈ, 5500 5500 ਦਾ ਸੂਟ ਸੀਗਾ। ਅਤੇ ਇਹ ਸਟਿਚਿੰਗ ਭੈਣ ਨੇ ਕਰਵਾਈ ਆਪਣੇ ਕੋਲੋਂ, ਠੀਕ ਹੈ। ਇਹਦੇ ਵਿੱਚ ਆਪਣੇ ਕੋਲ ਪੀਸ ਪਏ ਵੀ ਹੈ, ਅਤੇ ਤੁਸੀਂ ਇਹਦੇ 'ਚ ਆਪਣੀ ਚੋਇਸ ਦਾ ਕਲਰ ਵੀ ਦੱਸ ਸਕਦੇ ਹੋ ਕਿ ਇਹ ਸੂਟ ਇਹਦੀ ਹਜੇ ਅੱਡ ਤੋਂ ਵੀਡੀਓ ਬਣਾਉਣੀ ਹੈ, ਅੱਜ ਮੈਂ ਤੁਹਾਨੂੰ ਇਹਦੇ ਦਿਖਾ ਦਿੰਦੀ ਹਾਂ ਬੰਦੀ, ਠੀਕ ਹੈ। ਇਹ ਕਲਰ ਦੇ ਵਿੱਚ ਵੀ ਪਿਆ ਗਾਜਰੀ ਜਿਹਾ ਕਲਰ ਆ, ਇਹ ਮੂਵਿਸ਼ ਜਿਹਾ ਟਾਈਪ ਹੈ, ਅਤੇ ਇੱਕ ਇਹ ਕਲਰ ਪਿਆ ਆਪਣੇ ਕੋਲ, ਠੀਕ ਹੈ। ਕਰੀਮ ਇੱਕ ਕਲਰ ਹੋ ਰਿਹਾ, ਹਾਂ ਇੱਕ ਇੱਕ ਕਰੀਮ, ਮਤਲਬ 5 ਕਲਰ, ਠੀਕ ਹੈ, ਕਰੀਮ ਕਲਰ ਦੇ ਵਿੱਚ ਵੀ ਹੈ। ਅਤੇ ਇਹ ਸਾਰੇ ਸੂਟ ਜਿਹੜੇ ਆਪਣੇ ਕੋਲ ਤੁਸੀਂ ਔਡਰ ਕਰ ਸਕਦੇ ਹੋ 5500 ਦੇ ਵਿੱਚ, ਠੀਕ ਹੈ। ਔਰਗੈਂਜ਼ਾ ਦਾ ਹੀ ਆਪਣਾ ਦੁਪੱਟਾ, ਦੁਪੱਟਾ ਔਰਗੈਂਜ਼ਾ ਦੀ ਸ਼ਰਟ ਹੈ, ਅਤੇ ਸਿਲਕ ਦੀ ਬੋਟਮ ਹੈ, ਠੀਕ ਹੈ। ਅਤੇ ਆਹ ਲੁੱਕ ਹੈ ਸੂਟ ਦੀ, ਕੌਰ ਬੀ ਨੇ ਇਹਦੀ ਐਡ ਕੀਤੀ ਸੀ, ਇਸ ਕਰਕੇ ਇਹਨੂੰ ਕੌਰ ਬੀ ਵਾਲਾ ਹੀ ਸੂਟ ਕਹਿੰਦੀ ਹੈ। 5500 ਦੇ ਵਿੱਚ, ਠੀਕ ਹੈ। ਅਤੇ ਹੁਣ ਤੁਹਾਨੂੰ ਇਹ ਹੋਰ ਵੀ ਸੂਟ ਦਿਖਾਉਣੀ ਹੈ ਜਿਹੜੇ ਬਣ ਕੇ ਆਏ ਹੋਏ ਹੈ। ਇੱਕ ਤੁਸੀਂ ਪਿਛਲੇ ਦਿਨਾਂ 'ਚ ਆਪਣੀ ਪ੍ਰਿੰਟਡ ਸੂਟਾਂ ਦੀ ਵੀਡੀਓ ਦੇਖੀ ਸੀਗੀ, ਅਤੇ ਉਹਦੇ ਵਿੱਚ ਆਹ ਸੂਟ ਦੀ ਬਹੁਤ ਡਿਮਾਂਡ ਹੋਈ ਸੀਗੀ, ਅਸੀਂ ਕਾਫੀ ਅਵੇਲੇਬਲ ਵੀ ਕਰਵਾਏ, ਬਟ ਫਿਰ ਕਿਤੇ ਨਾ ਕਿਤੇ ਜਾ ਕੇ ਤਾਂ ਖਤਮ ਹੋਣੀ ਹੁੰਦੀ ਹੈ। ਹੁਣ ਇਹਨਾਂ ਦੀ ਹਾਲੇ ਤੱਕ ਇਹਨਾਂ ਦੀ ਡਿਮਾਂਡ ਆ ਰਹੀ ਹੈ ਕਿ ਇਹਦੇ ਉੱਪਰ ਸਿੰਪਲ ਪ੍ਰਿੰਟਡ ਸੂਟ ਨੂੰ ਲੇਸਿੰਗ ਦੇ ਨਾਲ ਸਟਾਈਲ ਡਿਫਰੈਂਟ ਕਰਤਾ ਟੇਲਰ ਨੇ, ਠੀਕ ਹੈ, ਲੇਸ ਦੇ ਕੇ ਉਹ 'ਚ ਬਟਨ ਲਗਾ ਕੇ ਅਤੇ ਬਾਜੂ ਦੇ ਉੱਤੇ ਲੇਸ ਲਗਾਤੀ, ਠੀਕ ਹੈ। ਅਤੇ ਇਹਦੇ ਨਾਲ ਪਲਾਜ਼ੋ ਸੀ ਆਫ ਵਾਈਟ ਪਲਾਜ਼ੋ ਬਣਵਾਇਆ, ਪੈਂਟ ਪਲਾਜ਼ੋ, ਅਤੇ ਉਹਨੂੰ ਇਹ ਬਟਨ ਦੇ ਕੇ, ਠੀਕ ਹੈ, ਇੱਦਾਂ ਰੈਡੀ ਕੀਤਾ। ਬਹੁਤ ਸੋਹਣਾ ਸੂਟ ਜਿਹੜਾ ਹੈ ਰੈਡੀ ਹੋਇਆ। ਅਤੇ ਨੈਕਸਟ ਇਹਦੇ ਨਾਲ ਦਾ ਸੂਟ ਸੇਮ ਡਿਜ਼ਾਈਨ ਦੇ ਵਿੱਚ ਮੇਰਾ ਵੀ ਰੈਡੀ ਹੋਇਆ, ਇਹ ਤਾਂ ਜਾਣਾ ਕਿਸੇ ਦਾ, ਠੀਕ ਹੈ ਜੀ। ਅਤੇ ਹੁਣ ਮੈਂ ਤੁਹਾਨੂੰ ਹੋਰ ਵੀ ਡਿਜ਼ਾਈਨ ਦਿਖਾਉਣੀ ਹੈ ਜਿਹੜੇ ਬਣ ਕੇ ਆਏ ਹੈ।
आ देखो किसी ने अपनी बेटी का बनवाया डिजाइन सूट कॉटन के उत्ते ही बने हुए डिजाइन ये ठीक है। हम गर्लिश लुक दिती है प्रिंटेड सूट में सिंपल में देखो आ लेस लगाती तो बेच यदा बॉटम से इसका चिकन का बॉटम से यदा लटकन नहीं चाहिए हल्का जा फैब्रिक बना के डिजाइनिंग कर दी एक होर डिजाइनिंग है स्पेशल देखो पिंटेक्स पाए हुए है ठीक है उपर असीं पिंटेक्स पाए हुए है तो सेम यह जड़ा है सूट सेम स्टाइल दे विच मैं भी बनाया भावें उन्होंने यंग लई बनाया सी पर मैं बहुत सोहना लग्या तो आ पिंटेक्स के नाल ही बड़ा प्यारा बनया हुआ है यह डिजाइनिंग की हुई है प्लेट्स नहीं पाई हैं इदा ही फिटिंग हल्की फिटिंग रखी हुई है उन्होंने बैक साइड पर भी पिंटेक्स है सिंगल एक सेंटर के रख के ठीक है ये ही फिटिंग टेलर ने सैट की है ठीक है। तो अगला थोड़ा दिखाई है मैं एक ये सूट है ये भी उन्होंने ही है लो जी ये उन्होंने कुछ नहीं किया जिहड़ा बॉटम है ना ये बॉटम सी ठीक है खुले अपने ऑर्गेंजा का तो खुला बॉटम सीगा खुले घेरे वाला प्लाजो बनाया सी ते नाल इसी दे ही पीसिस कट के सी छोटी फ्रिल अंदरले पासे बाहरली बाहरले पासे ते कोई लेस नहीं कुछ नहीं उही पीस यूज करके स्टाइल देता ठीक है जी। बहुत प्यारा जिहा सूट रेडी होया ते एक सूट ये होया कॉटन दे विच ही है भी प्योर कॉटन का ही सूट है ये हैगी अपनी देखो गले दे उत्ते डिजाइनिंग करती की कहते हैं अंगरखा स्टाइल दे विच ठीक है लेसिंग दे नाल ते प्लस इस साइड तो ये दित्ती है डोरी ला के ते डिजाइनिंग भी की है तो जो थोड़ी बहुत किसी फिटिंग भी चाहिए हो तो इतों फिटिंग भी हो जाती है ठीक है। तो नाल बाजू ठीक है सिंपल प्रिंटेड सूट से बनया हुआ बहुत सोहना लगता है ये तुम मेरे भी पाए देखो क्योंकि मैं जो पा के आए थे मैंने बहुत सोहने लगे तो मैं भी बनवाए थे पर इन्हों हूँ साढ़े कोई भी प्रिंट नहीं है क्योंकि वीडियो पाने का टाइम नहीं लगे ऑफलाइन निकल उकल गए थे ठीक है। तो लो जी एक कुर्ती बनवाई है उस बच्चे की है बच्चा या यंग गर्ल है ठीक है। ये की किया हुआ आ देखो इदा वो पाई हुई है जिवें बॉक्स प्लेट टाइप हाँ जी दोनों पासे तो वो उत्ते किते किते मोती लगा के उन्होंने सोबर जी लुक दी हुई है प्लस ये जरा बाजू है वह अमरेला कट है पूरा अमरेला कट है बहुत सोहना लगता बनया हुआ ठीक है। कि उन्होंने कुर्ती टॉप टाइप कुर्ती बनाई है तो नीचे बोल के रख के बनवाई सी पेंट नाल पानी होनी है तो बहुत प्यारी जी चीज़ बनी है यूनीक जी स्टाइलिश तो यह सी जी अज हूँ बन के आए स्टाइल तो नाल जिमें जिमें बन के आया करेंगे थोड़ा दिखाते रहेंगे ठीक है। तो तुम अपनी चॉइस दस सकते हो सानू तो स्टिचिंग आइडियाज कैसे लगे जरूर दस्यो कमेंट करके ठीक है जी। तो जुड़े रहो तो अपने बजुर्गों का ख्याल रखो धियां भैनों का माण बधाओ इन्हों भैनों भी जुड़े रहो बहुत जल्द आप अगली किसी वीडियो नवे डिजाइन मिलेंगे।